पंजाब में अब नए सरदार भगवंत मान का राज है। शनिवार को भगवंत मान की कैबिनेट ने शपथ ली। कैबिनेट में 10 विधायक को शामिल किया गया। जैसे ही शपथ ग्रहण समारोह खत्म हुआ, तुरंत कैबिनेट की बैठक हुई जिसमें बड़ा फैसला लिया गया, और वो फैसला है 25,000 पदों पर तत्काल नियुक्ति करने की मंजूरी, जिसमें पंजाब पुलिस विभाग में 10,000 रिक्तियां और अन्य सरकारी विभागों में 15,000 रिक्तियां शामिल है। पंजाब के बोर्डों, कॉरपोरेशनों और सरकारी दफ्तरों में खाली पड़े पदों को भरा जाएगा। मंत्रिमंडल ने 3 महीने के सरकार के खर्चों का बजट लेने का फैसला किया है। भगवंत मान ने यह भी कहा कि हमने अपना वादा पूरा किया। कैबिनेट की पहली मीटिंग में हरा पेन बेरोजगारी पर चलाया, 1 महीने के अंदर इसका नोटिफिकेशन होगा। मान ने यह भी कहा कि सरकारी नौकरियां डिग्री के हिसाब से मिलेंगी, इसमें कोई सिफारिश नहीं चलेगी। सत श्रीकाल जी, मैं तुहाडा अपना भगवंत मान। जदों असी पंजाब दे विच चोणां दा प्रचार कर रहे सी, लगभग हर स्टेज ते असी एक गल कहिंदे सी कि पंजाब दे लोकां दे चुल्ल्यां दी अग बुझदी जांदी है, बेरोज़गारी जिहड़ी है ਉਹ ਬਹੁਤ ਵੱਡੇ ਪੱਧਰ 'ਤੇ ਫੈਲੀ ਹੋਈ ਹੈ, ਅਤੇ ਨਾਲ ਅਸੀਂ ਵਾਅਦਾ ਕਰਦੇ ਸੀ ਕਿ ਜੇ ਤੁਸੀਂ ਸਾਡੀ ਸਰਕਾਰ ਬਣਾਓਗੇ, ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓਗੇ, ਤਾਂ ਸਭ ਤੋਂ ਪਹਿਲੀ ਕੈਬਨਿਟ ਜਿਹੜੀ ਮੀਟਿੰਗ ਹੋਊਗੀ ਉਹਦੇ ਵਿੱਚ ਹਰੇ ਰੰਗ ਦਾ ਪੈਨ ਜਿਹੜਾ ਕਿ ਲੋਕ ਦੇਣਗੇ ਸਾਨੂੰ ਫੈਸਲੇ ਕਰਨ ਵਾਲਾ, ਉਹ ਸਭ ਤੋਂ ਪਹਿਲਾਂ ਬੇਰੁਜ਼ਗਾਰੀ ਦੂਰ ਕਰਨ ਲਈ ਚੱਲੂਗਾ, ਕਿਉਂਕਿ ਸਾਡੇ ਧੀਆਂ ਪੁੱਤ ਜਿਹੜੇ ਨੇ ਉਹ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਨੇ, ਕਿਉਂਕਿ ਇੱਥੇ ਉਹਨਾਂ ਨੂੰ ਕੁਛ ਨਜ਼ਰ ਨਹੀਂ ਆਉਂਦਾ। ਸੋ ਅੱਜ ਪੰਜਾਬ ਦੀ ਨਵੀਂ ਬਣੀ ਕੈਬਨਿਟ ਦੀ ਪਹਿਲੀ ਮੀਟਿੰਗ ਸੀ, ਅਤੇ ਮੈਨੂੰ ਦੱਸਦਿਆਂ ਤੁਹਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਮੀਟਿੰਗ ਦੇ ਵਿੱਚ ਹੀ ਅਸੀਂ ਆਪਣਾ ਵਾਅਦਾ ਪੂਰਾ ਕੀਤਾ ਹੈ। ਹਰੇ ਰੰਗ ਦਾ ਉਹ ਪੈਨ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦੇ ਹੱਕ ਚੱਲਿਆ। 25,000 ਨੌਕਰੀਆਂ, 25,000 ਸਰਕਾਰੀ ਨੌਕਰੀਆਂ, ਉਹਦਾ ਜਿਹੜਾ ਏਜੰਡਾ ਉਹ ਜਿਹੜਾ ਕੈਬਨਿਟ ਦੇ ਵਿੱਚ ਅੱਜ ਪਾਸ ਹੋਇਆ ਹੈ, ਜਿਹਦੇ ਵਿੱਚ 10,000 ਪੰਜਾਬ ਪੁਲਿਸ ਦੇ ਵਿੱਚ ਨੇ ਅਲੱਗ ਅਲੱਗ ਅਹੁਦਿਆਂ 'ਤੇ, ਅਤੇ 15,000 ਅਲੱਗ ਅਲੱਗ ਗੌਰਮੈਂਟ ਦੇ ਡਿਪਾਰਟਮੈਂਟ, ਬੋਰਡ ਅਤੇ ਕਾਰਪੋਰੇਸ਼ਨਾਂ 'ਚ ਨੇ। ਜਿੰਨੀਆਂ ਵੀ ਨੌਕਰੀਆਂ ਮਿਲਣਗੀਆਂ ਉਹ ਡਿਗਰੀ ਮੁਤਾਬਕ ਮਿਲਣਗੀਆਂ, ਜਿਹੜਾ ਜਿੰਨਾ ਪੜ੍ਹਿਆ ਹੋਇਆ ਹੈ, ਜਿਹਨੇ ਜਿੰਨੀ ਵੱਡੀ ਡਿਗਰੀ ਲਈ ਹੈ ਉਹਨੂੰ ਉੱਡੀ ਵੱਡੀ ਨੌਕਰੀ ਮਿਲੂ, ਕੋਈ ਭੇਦਭਾਵ ਜਾਂ ਕੋਈ ਸਿਫਾਰਿਸ਼ ਜਾਂ ਰਿਸ਼ਵਤ ਨਹੀਂ ਚੱਲੂਗੀ। ਆਮ ਆਦਮੀ ਪਾਰਟੀ ਦਾ ਇਹ ਵਾਅਦਾ ਹੈ। ਦਰਅਸਲ ਭਗਵੰਤ ਮਾਨ ਨੇ ਪੰਜਾਬ ਕੇ ਯੁਵਾਓਂ ਕੋ ਰੋਜ਼ਗਾਰ ਦੇਣੇ ਕਾ ਵਾਅਦਾ ਕੀਆ ਥਾ। ਪਹਿਲੇ ਹੀ ਕੈਬਨਿਟ ਬੈਠਕ ਮੇਂ ਭਗਵੰਤ ਮਾਨ ਨੇ ਯੁਵਾਓਂ ਸੇ ਕੀਆ ਵਾਅਦਾ ਪੂਰਾ ਕੀਆ। ਇਸਸੇ ਪਹਿਲੇ ਮੁੱਖ ਮੰਤਰੀ ਭਗਵੰਤ ਮਾਨ ਕੇ ਨੇਤ੍ਰਿਤਵ ਵਾਲੇ ਮੰਤਰੀ ਮੰਡਲ ਮੇਂ ਇੱਕ ਮਹਿਲਾ ਸਮੇਤ ਆਮ ਆਦਮੀ ਪਾਰਟੀ ਕੇ 10 ਵਿਧਾਇਕੋਂ ਕੋ ਸ਼ਾਮਿਲ ਕੀਆ ਗਿਆ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਯਹਾਂ ਪੰਜਾਬ ਭਵਨ ਮੇਂ ਮੰਤਰੀਓਂ ਕੋ ਪਦ ਔਰ ਗੋਪਨੀਯਤਾ ਕੀ ਸ਼ਪਥ ਦਿਲਾਈ। ਇਨ 10 ਮੰਤਰੀਓਂ ਮੇਂ ਸੇ 8 ਪਹਿਲੀ ਬਾਰ ਵਿਧਾਇਕ ਬਨੇ। ਇਨ ਸਭੀ ਨੇ ਪੰਜਾਬੀ ਭਾਸ਼ਾ ਮੇਂ ਸ਼ਪਥ ਲੀ।